ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪਿੰਡ ਇਟਲੀ ਤੇ। ਅੱਜ ਚੱਲੇ ਸੀ ਰੋਮਾ ਨੂੰ ਘੁੰਮਣ ਫਿਰਨ, ਤੇ ਅੱਜ ਤੁਹਾਨੂੰ ਕੋਈ ਰੋਮਾ ਦੀਆਂ ਮਾਰਕੀਟਾਂ ਦੀ ਸੈਰ ਕਰਾਵਾਂਗੇ। ਉੱਥੋਂ ਅੱਜ ਡਰਾਈ ਫਰੂਟ ਵਗੈਰਾ ਹੋਰ ਖਾਣ ਪੀਣ ਦਾ ਸਮਾਨ ਲੈਣ ਚੱਲੇ ਸੀ। ਨਾਲੇ ਅੱਜ ਤੁਹਾਨੂੰ ਸਟੇਸ਼ਨ ਵਿਖਾਵਾਂਗੇ, ਰੋਮਾ ਟਰਮਨੀ ਜਾਂ ਵਗੈਰਾ। ਮੈਂ ਤਾਂ ਬਾਈ ਫੁੰਦੀ ਚੱਲਿਆ, ਫੁੰਦੀ ਵੇਖਣਾ ਕਿਸੇ ਨੇ ਤੇ ਆ ਜਾਓ ਬਾਈ ਨਾਲ ਹੀ। ਇਹਨੇ ਵੀਰ ਨੇ ਜਾਣਾ ਫੁੰਦੀ ਨੂੰ, ਇਹਨੂੰ ਰੋਮਾ ਟਰਮਨੀ ਤੋਂ ਬਲੇਤੋ ਸ਼ਹਿਰ ਵੀ ਬੜਾ ਟਿਕਟ ਵਗੈਰਾ ਲੈ ਕੇ, ਅਤੇ ਇਹਨਾਂ ਨੂੰ ਵੀਰ ਨੂੰ ਆਪਾਂ ਚੜ੍ਹਾ ਦੇਣਾ ਵਾ ਫੁੰਦੀ ਨੂੰ, ਅਤੇ ਇੱਕ ਵੀਰ ਮੇਰੇ ਨਾਲ ਹੋਰ ਉਹ ਥੋੜ੍ਹਾ ਸਾਈਡ 'ਤੇ ਖੜਾ ਵਾ। ਅਸੀਂ ਦੋਵਾਂ ਨੇ ਜਾਣਾ ਵਾ ਜਿੱਦਾਂ ਆਪਣੇ ਕਹਿ ਦਿੰਦੇ ਨਾ ਮੱਛੀ ਮਾਰਕੀਟ ਵਗੈਰਾ, ਹੈ ਨਾ ਅੰਮ੍ਰਿਤਸਰ, ਅੱਜ ਉਵੇਂ ਦੀ ਮਾਰਕੀਟ ਤੁਹਾਨੂੰ ਵਿਖਾਉਂਦੇ ਹਾਂ ਜਿੱਥੇ ਕਿ ਹਰੇਕ ਤਰ੍ਹਾਂ ਦੀ ਚੀਜ਼ ਮਿਲਦੀ ਆ, ਖਾਣ ਪੀਣ ਨੂੰ ਡਰਾਈ ਫਰੂਟ ਵਗੈਰਾ, ਮੀਟ ਮੱਛੀ ਸਾਰਾ ਕੁਝ ਅੱਜ ਤੁਹਾਨੂੰ ਉੱਥੇ ਵਿਖਾਵਾਂਗੇ। ਅਤੇ ਅਸੀਂ ਵੇਟ ਕਰਦੇ ਪਏ ਹਾਂ ਬੱਸ ਦੀ, ਬੱਸ ਅਜੇ ਆਈ ਨਹੀਂ ਹੈ, ਅਤੇ ਫਿਰ ਮੈਟਰੋ 'ਤੇ ਜਾਣਾ, ਮੈਟਰੋ ਤੋਂ ਬਾਅਦ 'ਚ ਜਾ ਕੇ ਉੱਤਰ ਜਾਣਾ ਰੋਮਾ ਟਰਮਨੀ, ਨਾਲੇ ਤੁਹਾਨੂੰ ਸਟੇਸ਼ਨ ਵਿਖਾਵਾਂਗੇ, ਨਾਲੇ ਅੱਜ ਤੁਹਾਨੂੰ ਕਰਾਉਂਦੇ ਹਾਂ ਮਾਰਕੀਟਾਂ ਦੀ ਸੈਰ। ਇੱਕ ਛੋਟੀ ਜਿਹੀ ਰਿਕੁਐਸਟ ਕਰਦੇ ਹਾਂ, ਆਪਣਾ ਚੈਨਲ ਪਿੰਡ ਇਟਲੀ ਸਬਸਕ੍ਰਾਈਬ ਜ਼ਰੂਰ ਕਰ, ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਦਾ ਬਟਨ ਦਬਾ ਲਓ ਤਾਂ ਕਿ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ। ਹਾਂਜੀ, ਆ ਜਾਓ ਜੀ, ਅੱਜ ਕਰਾਉਂਦੇ ਹਾਂ ਤੁਹਾਨੂੰ ਰੋਮਾ ਦੇ ਦਰਸ਼ਨ, ਰੋਮਾ ਦੇ ਦਰਸ਼ਨ। ਹਾਂਜੀ ਦੋਸਤੋ, ਆਪਾਂ ਪਹੁੰਚ ਗਏ ਹਾਂ ਮੈਟਰੋ ਸਟੇਸ਼ਨ 'ਤੇ, ਹੁਣ ਇਹ ਤੋਂ ਆਪਾਂ ਮੈਟਰੋ ਇਹ ਫੜਨੀ, ਆਪਾਂ ਲੱਗੇ ਹਾਂ ਟਿਕਟ ਕਢਵਾਉਣ। ਆ ਜਾਓ, ਤੁਹਾਨੂੰ ਦੱਸਦੇ ਹਾਂ ਟਿਕਟ ਕਿੱਦਾਂ ਕਢਵਾਈ ਦੀ ਆ। ਆਹ ਹੈਗੀ ਆ ਮਸ਼ੀਨ, ਆਹ ਬਟਨ ਦੱਬਤਾ, ਇੱਥੇ ਪੈਣੇ ਆ ਪੈਸੇ। ਆ ਲਓ ਜੀ, ਸਭ ਹੀ ਚੱਕੀ ਪੈਸੇ, 1.5 ਯੂਰੋ ਦੀ ਹੈਗੀ ਆ ਟਿਕਟ। ਲਓ ਜੀ, ਹੁਣ ਇੱਥੋਂ ਆਪਣੀ ਟਿਕਟ ਆ ਜਾਣੀ ਆ ਥੱਲੇ। ਕਿੱਥੋਂ ਦੀ ਲੈਣੀ ਆ? ਆਹ ਨਿਕਲ ਆਈ ਟਿਕਟ, ਕਢਵਾ ਲਓ ਤੁਸੀਂ ਵੀ, 1.5 ਯੂਰੋ ਵਾਲੀ। ਇਹਦੇ ਵਿੱਚ ਨੱਪ, ਇੱਥੇ ਪੈਸੇ ਪਾ ਦੇ। ਮੁੰਡਿਆਂ ਨੂੰ ਯਾਦ ਨਹੀਂ ਹੈਗੀ ਟਿਕਟ ਕਢਾਉਣ ਦੀ, ਇਹਨਾਂ ਨੂੰ ਦੱਸਦੇ ਬਹੁਤ ਸੌਖਾ ਕੰਮ ਆ, ਪਰ ਇਹਨਾਂ ਨੂੰ ਫਿਰ ਵੀ ਪਤਾ ਨਹੀਂ ਲੱਗਦਾ। ਉਹ ਨਿਕਲ ਆਈ ਟਿਕਟ, ਹੁਣ ਆ ਜਾਓ ਤੁਹਾਨੂੰ ਦੱਸਦੇ ਹਾਂ ਮਸ਼ੀਨ 'ਤੇ। ਹਾਂ ਨਹੀਂ ਨਿਕਲੀ, ਆ ਗਈ ਟਿਕਟ। ਹਾਂਜੀ ਦੋਸਤੋ, ਮੁੜ ਕੇ ਟਿਕਟ ਪੰਚ ਕਰਨੀ ਆ, ਆਹ ਵਾ ਟਿਕਟ, ਇਹਦਾ ਸਿੱਧਾ ਬੰਨਾ ਐਂ ਕਰਕੇ ਆਹ ਮਸ਼ੀਨ ਦੇ ਵਿੱਚ ਪਾ ਦੇਣੀ ਆ। ਲਓ ਜੀ, ਆਹ ਦਰਵਾਜ਼ਾ ਖੁੱਲ੍ਹ ਗਿਆ, ਹੁਣ ਆਪਾਂ ਚੱਲੇ ਹਾਂ ਮੈਟਰੋ ਸਟੇਸ਼ਨ ਵੱਲ ਨੂੰ, ਮੈਟਰੋ ਵੱਲ ਨੂੰ, ਸੋਰੀ ਟ੍ਰੇਨ ਵੱਲ ਨੂੰ, ਇੱਥੋਂ ਥੱਲੇ ਉੱਤਰ ਕੇ। ਇਹ ਹੁਣ ਆਪਾਂ ਮੈਟਰੋ ਟ੍ਰੇਨ ਵੱਲ ਤੁਰੇ ਜਾਂਦੇ ਹਾਂ, ਇੱਥੋਂ ਥੱਲੇ ਪੌੜੀਆਂ ਆਉਣੀਆਂ, ਇੱਕ ਸਾਈਡ ਲਿਫਟ ਵਾਲੀਆਂ ਪੌੜੀਆਂ ਲੱਗੀਆਂ। ਹਾਂਜੀ ਦੋਸਤੋ, ਆਹ ਹੈਗੀਆਂ ਮੈਟਰੋ ਪੌੜੀਆਂ, ਲਿਫਟ ਲੱਗੀ ਆ, ਲਿਫਟ ਵਾਲੀਆਂ ਪੌੜੀਆਂ ਹੈਗੀਆਂ ਇਹ, ਅਤੇ ਇੱਥੋਂ ਉੱਤਰ ਕੇ ਮੂਹਰੇ ਥੱਲੇ ਨਾਲ ਹੀ ਆਪਣੀ ਟ੍ਰੇਨ ਖੜ੍ਹੀ ਆ, ਜਿਹਦੇ ਵਿੱਚ ਆਪਾਂ ਚੜ੍ਹਨਾ, ਮੈਟਰੋ ਟ੍ਰੇਨ ਖੜ੍ਹੀ ਆ, ਭੱਜ ਕੇ ਚੜੋ ਏ, ਖੜ੍ਹੀ ਆ ਟ੍ਰੇਨ, ਭੱਜੋ ਯਾਰ, ਆਪਣੀ ਟ੍ਰੇਨ ਖੜ੍ਹੀ ਆ, ਆਹ ਵੇਖੋ ਮੈਟਰੋ ਟ੍ਰੇਨ, ਆਪਾਂ ਗਏ ਚੜ੍ਹ। ਲਓ ਜੀ ਬੰਦੇ ਆਪਣੇ, ਆ ਗੁਰੀ ਵੀ ਵੇਖ ਲਓ ਇੱਕ ਬੈਠੀ ਆ, ਢਿੱਲੇ ਆ। ਹਾਂ, ਆਹ ਹੈਗੀ ਮੈਟਰੋ ਟ੍ਰੇਨ, ਦੋ ਸੀਟਾਂ ਛੱਡ ਕੇ ਇੱਥੇ ਬਹਿਣਾ ਹੁੰਦਾ। ਆਹ ਇਹਨਾਂ ਨੇ ਕਰੋਨਾ ਦਾ ਕਰਕੇ ਸੀਟਾਂ ਦੇ ਵਿੱਚ ਥੋੜ੍ਹੀ ਸਪੇਸ ਦਿੱਤੀ ਹੈ, ਜਿੱਥੇ ਜਿੱਥੇ ਸਟਿੱਕਰ ਲੱਗੇ ਉੱਥੇ ਨਹੀਂ ਬਹਿਣਾ, ਇੱਕ ਇੱਕ ਸੀਟ ਛੱਡ ਕੇ, ਦੋ ਸੀਟਾਂ ਛੱਡ ਕੇ ਇੱਕ ਇੱਕ ਬੰਦੇ ਨੇ ਬਹਿਣਾ। A few moments later. ਹਾਂਜੀ ਦੋਸਤੋ, ਆਪਾਂ ਉੱਤਰ ਆਏ ਹਾਂ ਮੈਟਰੋ ਟ੍ਰੇਨ ਤੋਂ, ਹੁਣ ਆਪਾਂ ਚੱਲੇ ਹਾਂ ਰੋਮਾ ਸਟੇਸ਼ਨ ਦੇ ਅੰਦਰ। ਹੁਣ ਇੱਥੋਂ ਪਹਿਲਾਂ ਆਪਾਂ ਲਵਾਂਗੇ ਇੱਕ ਟਿਕਟ ਮੁੰਡੇ ਵਾਸਤੇ, ਉਹਨੇ ਜਾਣਾ ਹੈਗਾ ਫੁੰਦੀ ਨੂੰ, ਉਹਨੇ ਜਾਣਾ ਫੁੰਦੀ ਨੂੰ, ਨਾ ਪੋਲੀ ਏਰੀਆ ਸਾਈਡ, ਰੋਮਾ ਟਰਮਨੀ ਤੋਂ ਆਪਾਂ ਨੂੰ ਇੱਕ ਟਿਕਟ ਲੈ ਕੇ ਦੇਵਾਂਗੇ। ਅਤੇ ਉਹਨੂੰ ਫਿਰ ਆਪਾਂ ਚੜ੍ਹਾ ਦਾਂਗੇ ਫੁੰਦੀ ਵਾਲੀ ਸਾਈਡ ਨੂੰ, ਅਤੇ ਆਪਾਂ ਚਲੇ ਜਾਂਗੇ ਉਸ ਮਾਰਕੀਟ ਦੇ ਵਿੱਚ ਜਿੱਥੋਂ ਆਪਾਂ ਸਮਾਨ ਲੈਣਾ। ਹਾਂਜੀ ਹਾਂਜੀ ਦੋਸਤੋ, ਹੁਣ ਆਪਾਂ ਇੱਥੋਂ ਇੱਕ ਟ੍ਰੇਨ ਦੀ ਟਿਕਟ ਲਵਾਂਗੇ ਤਬਾਕੀ ਤੋਂ,
ਇੱਥੇ ਆਪਾਂ ਕਹਾਂਗੇ ਕਿੱਦਾਂ ਕਹਿਣਾ ਟ੍ਰੇਨ ਦਾ ਟਿਕਟ ਦਾ ਤੁਹਾਨੂੰ ਦੱਸਦੇ ਹਾਂ ਕਿੰਨੇ ਪੈਸੇ 5 ਰੁਪਏ ਦੇ ਦੇ ਦੱਸ ਦੇ ਛੁੱਟੇ ਦੇ ਦਾਂ 5000 ਨਹੀਂ ਕੋਈ ਨਾ ਕਿੰਨੇ ਟਿਕਟ ਉੱਤੇ ਲਿਖਿਆ ਹੋਣਾ ਫਿਰ ਹੁਣ ਆਪਾਂ ਇੱਥੋਂ ਟਿਕਟ ਲੈ ਲੈਂਦੇ ਨਾਲੇ ਬਾਹਣ ਲੱਗ ਜੂਗਾ ਮੇਰਾ ਅਤੇ ਤਬਾਕੀ ਵਾਲਾ ਆਉਂਦਾ ਤਾਂ ਫਿਰ ਆਪਾਂ ਨੂੰ ਟਿਕਟ ਬਾਰੇ ਕਹਿੰਦੇ ਹਾਂ ਜਿਹੜੇ ਵੀਰ ਮੇਰੇ ਮਸ਼ੀਨ ਤੋਂ ਟਿਕਟ ਨਹੀਂ ਲੈ ਸਕਦੇ ਉਹ ਇੱਦਾਂ ਟਿਕਟ ਲੈ ਸਕਦੇ ਉੱਥੋਂ ਦੱਸ ਕੇ ਕਿ ਕਿੱਦਾਂ ਕਹਿਣਾ ਉਹਨਾਂ ਨੂੰ ਕਿ ਸਾਨੂੰ ਇੱਕ ਟਿਕਟ ਦੇ ਦਿਓ ਉਹਨਾਂ ਬਲੈਤੋ ਸਰਵੇ ਫੋਨ ਦੀ ਸੀ ਬਾਬਿਆਂ ਨੇ ਆਹ ਨੂੰ ਆਪਾਂ ਟਿਕਟ ਦਾ ਕਹਿਤਾ ਇਹਨੇ ਹੁਣ ਆਪਾਂ ਨੂੰ ਕਿਹਾ ਕਿ 7 ਯੂਰੋ ਦੀ ਟਿਕਟ ਵਾ ਫੋਨ ਦੀ ਅਤੇ ਹੁਣ ਆਪਾਂ ਨੂੰ ਟਿਕਟ ਦਊਗਾ ਉਹ ਫਿਰ ਆਪਾਂ ਇਹਨੂੰ ਵੀਰ ਨੂੰ ਦੱਸਾਂਗੇ ਇਹਦੀ ਟ੍ਰੇਨ ਕਿਹੜੀ ਸਾਈਡ ਲੱਗੀ ਆ ਇਹ ਆਪਾਂ ਹੈਗੇ ਇਸ ਵੇਲੇ ਰੋਮਾ ਟਰਮਨੀ ਸਟੇਸ਼ਨ 'ਤੇ ਬਹੁਤ ਵੱਡਾ ਸਟੇਸ਼ਨ ਆ ਬਾਕੀ ਤੁਹਾਨੂੰ ਵਿਖਾਉਂਦੀ ਹਾਂ ਸੀ ਹਾਂਜੀ ਦੋਸਤੋ ਇਹ ਹੈਗਾ ਵਾ ਰੋਮਾ ਟਰਮਨੀ ਸਟੇਸ਼ਨ ਠੀਕ ਹੈ ਜੀ ਹੁਣ ਆਪਾਂ ਇਹਨੂੰ ਵੀਰ ਨੂੰ ਚੜਾਉਣਾ ਟ੍ਰੇਨ 'ਤੇ ਅਤੇ ਇਹਨੂੰ ਦੱਸਦੇ ਹਾਂ ਇਹਦੀ ਟ੍ਰੇਨ ਕਿੱਥੋਂ ਕਿੰਨੇ ਨੰਬਰ ਤੋਂ ਕਿੱਧਰ ਨੂੰ ਜਾਣੀ ਆ ਕਦੋਂ ਜਾਣੀ ਕਿੰਨੇ ਵਜੇ ਜਾਣੀ ਆ ਉਹ ਆਪਾਂ ਇਹਨੂੰ ਵੀਰ ਨੂੰ ਸਾਰਾ ਸਮਝਾਵਾਂਗੇ ਇਹ ਹੈਗਾ ਰੋਮਾ ਟਰਮਨੀ ਉਹ ਸਾਹਮਣੇ ਜਿਹੜੀ ਲਿਸਟ ਜਗਦੀ ਪਈ ਆ ਉਹਦੇ ਵਿੱਚ ਲਿਖਿਆ ਵਾ ਕਿਹੜੀ ਟ੍ਰੇਨ ਕਦੋਂ ਕਿੰਨੇ ਵਜੇ ਤੁਰਨੀ ਆ ਵਗੈਰਾ ਉਹਦੇ ਆਪਾਂ ਇਹਨੂੰ ਮੁੰਡੇ ਨੂੰ ਸਾਰਾ ਸਮਝਾਵਾਂਗੇ ਹੁਣ ਬੰਦੇ ਉੱਤੇ ਪੜ ਆਹ ਹੈਗਾ ਸਾਰਾ ਕੁਝ ਲਿਖਿਆ ਅਤੇ ਆਹ ਹੈਗਾ ਰੋਮਾ ਟਰਮਨੀ ਸਟੇਸ਼ਨ ਟ੍ਰੇਨ ਦਾ ਨੰਬਰ ਇਹਨਾਂ ਬੋਰਡਾਂ ਤੋਂ ਪਰਲੇ ਸਾਈਡ ਜਿਹੜੇ ਦਰਵਾਜ਼ੇ ਲੱਗੇ ਸ਼ੀਸ਼ੇ ਦੇ ਇਹਨਾਂ ਤੋਂ ਪਰਲੀ ਸਾਈਡ ਟ੍ਰੇਨ ਚੱਲਣੀ ਆ ਅਤੇ ਇਹਨੂੰ ਵੀਰ ਨੂੰ ਹੁਣ ਆਪਾਂ ਦੱਸਦੇ ਹਾਂ ਤੁਸੀਂ ਵੇਖੋ ਉਨਾ ਚਿਰ ਰੋਮਾ ਟਰਮਨੀ ਨਾਪੋਲੀ ਨਿਗਾਹ ਮਾਰ ਕਿੱਥੇ ਲਿਖਿਆ ਵਾ ਉਹ ਲਿਖਿਆ ਨਾਪੋਲੀ ਨਾਪੋਲੀ 12:56 'ਤੇ ਜਾਣੀ ਠੀਕ ਹੈ ਤੇਰੀ ਟ੍ਰੇਨ ਇਹ ਜਾਣੀ ਆ ਬਨਾਰੀਓ 12 ਨੰਬਰ ਤੋਂ ਚੱਲ ਫਿਰ ਉਹ ਵੇ ਕੁਝ 12:59 ਦੇ ਹੋ ਗਏ 12:59 ਗਿਆ ਇੱਧਰ ਦੀ ਨਹੀਂ ਨਿਕਲਣਾ ਤੂੰ ਆ ਤੈਨੂੰ ਮੈਂ ਦੱਸਦਾ ਕਹਿੰਦੀ ਆਉਣਾ ਯਾਰ ਕਰੋਨਾ ਹੋਣ ਦੇ ਕਰਕੇ ਬਹੁਤ ਜ਼ਿਆਦਾ ਸਖਤਾਈ ਆ ਸਿਰਫ ਇੱਕ ਹੀ ਦਰਵਾਜ਼ਾ ਇਹਨਾਂ ਨੇ ਰੱਖਿਆ ਵਾ ਰੋਮਾ ਟਰਮਨੀ ਤੋਂ ਨਿਕਲਣ ਦਾ ਬਹੁਤ ਜ਼ਿਆਦਾ ਮਤਲਬ ਭੀੜ ਨਹੀਂ ਲੱਗਣ ਦਿੰਦੇ ਅਤੇ ਇੱਥੋਂ ਨਿਕਲ ਜਾ ਟਿਕਟ ਹੱਥ 'ਚ ਫੜ ਲੈ ਟਿਕਟ ਨਾ ਫੇਰ ਨਹੀਂ ਤੈਨੂੰ ਪੁੱਛਦੇ ਟਿਕਟ ਨਾ ਆਈ ਫੇਰ ਤੈਨੂੰ ਲੈਣ ਦੇ ਵਿੱਚ ਲੱਗ ਜਾ ਆਹ ਆਪਣਾ ਵੀਰ ਆ ਇਹਨੂੰ ਆਪਾਂ ਹਾਂ ਮੂਹਰੇ ਮਸ਼ੀਨ ਲੱਗੀ ਉੱਥੋਂ ਟਿਕਟ ਪੰਚ ਕਰ ਲਈ ਠੀਕ ਆ ਅਤੇ ਇਹ ਆਪਣਾ ਵੀਰ ਚਲੇ ਗਿਆ ਹੁਣ ਵੈਸੇ ਕੋਈ ਨਹੀਂ ਜ਼ਿਆਦਾ ਸਖਤਾਈ ਨਹੀਂ ਹੈਗੀ ਲੋਕਡਾਊਨ ਹੈ ਆ ਪਰ ਕੋਈ ਨਹੀਂ ਪੁੱਛਦਾ ਕਿਸੇ ਦਾ ਇੰਨਾ ਹੈਗਾ ਅਤੇ ਹਾਂਜੀ ਦੋਸਤੋ ਹੁਣ ਆਪਾਂ ਚੱਲਾਂਗੇ ਆਪਣੀ ਮਾਰਕੀਟ ਵੱਲ ਜਿੱਥੋਂ ਕਿ ਆਪਾਂ ਸਮਾਨ ਖਰੀਦਣਾ ਮੇਰੇ ਨਾਲ ਦਾ ਇੱਕ ਪਤਾ ਨਹੀਂ ਕਿੱਧਰ ਗੁੰਮ ਗਿਆ ਗਵਾਚ ਗਿਆ ਉਹਨੂੰ ਵੇਖਾਂ ਮੈਂ ਉਹ ਕਿੱਥੇ ਖੜਾ ਵਾ ਅਤੇ ਆ ਜਾਓ ਤੁਹਾਨੂੰ ਹੁਣ ਉਸ ਮਾਰਕੀਟ ਵੱਲ ਲੈ ਚੱਲਾਂਗੇ ਇੱਥੋਂ ਥੋੜ੍ਹੀ ਦੂਰ ਆ ਮਾਰਕੀਟ ਸਾਈਡ 'ਤੇ A few moments later ਹਾਂਜੀ ਦੋਸਤੋ ਹੁਣ ਆਪਾਂ ਫਿਰਦੇ ਪਏ ਇਸ ਵੇਲੇ ਰੋਮਾ ਸ਼ਹਿਰ ਦੇ ਵਿੱਚ ਫਿਰਨ ਡਏ ਹਾਂ ਅਤੇ ਹੁਣ ਚੱਲੇ ਸੀ ਆਪਾਂ ਇੱਥੇ ਬੋਲ ਦਿੰਦੇ ਉਹਨੂੰ ਗੋਲ ਮਾਰਕੀਟ ਵਗੈਰਾ ਜਿੱਥੋਂ ਡਰਾਈ ਫਰੂਟ ਵਗੈਰਾ ਬਦਾਮ ਗਿਰੀਆਂ ਪਿਸਤਾ ਕਾਜੂ ਸਾਰਾ ਕੁਝ ਮਿਲਦਾ ਹੈਗਾ ਅਤੇ ਉਸੇ ਮਾਰਕੀਟ ਦੇ ਅੰਦਰ ਹੀ ਵਗੈਰਾ ਹੋਰ ਸਮਾਨ ਵੀ ਜਿੱਦਾਂ ਖਾਣ ਪੀਣ ਵਾਲਾ ਮੀਟ ਮੱਛੀ ਜੋ ਵੀ ਸਾਰਾ ਕੁਝ ਸਬਜ਼ੀਆਂ ਵਗੈਰਾ ਸਾਰਾ ਕੁਝ ਮਿਲਦਾ ਅੰਦਰੋਂ ਅਤੇ ਆਪਾਂ ਨੂੰ ਉਸ ਮਾਰਕੀਟ ਦੇ ਬਿਲਕੁਲ ਨੇੜੇ ਹੀ ਆ ਥੋੜ੍ਹੀ ਦੂਰ ਰਹਿ ਗਏ ਆ ਅਤੇ ਹੁਣ ਤੁਹਾਨੂੰ ਜਦੋਂ ਆਪਾਂ ਮਾਰਕੀਟ ਦੇ ਅੰਦਰ ਵੜਦੇ ਹਾਂ ਅਤੇ ਸਾਰਾ ਕੁਝ ਵਿਖਾਉਂਦੇ ਹਾਂ ਮਾਰਕੀਟ ਦਾ ਦ੍ਰਿਸ਼ ਵੇਖਿਓ ਅਤੇ ਨਾਲੇ ਆਪਾਂ ਉੱਥੋਂ ਥੋੜ੍ਹਾ ਖਰੀਦਾਂਗੇ ਸਮਾਨ ਵਗੈਰਾ ਅਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੁਹਾਨੂੰ ਵਿਖਾਉਂਦੇ ਅੰਦਰ ਹੁਣ ਬਾਕੀ ਥੋੜ੍ਹੇ ਟਾਈਮ ਤੱਕ ਪਹੁੰਚ ਚੱਲੇ ਮਾਰਕੀਟ ਦੇ ਕੋਲ ਹਾਂਜੀ ਦੋਸਤੋ ਆਹ ਲੱਗੇ ਆਪਾਂ ਮਾਰਕੀਟ ਦੇ ਅੰਦਰ ਵੜਨ ਠੀਕ ਆ ਜੀ ਹਰੇਕ ਬੰਦੇ ਨੂੰ ਅੰਦਰ ਵੜਨ ਤੋਂ ਪਹਿਲਾਂ ਇਹ ਮਾਰਕੀਟ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਹਰੇਕ ਬੰਦੇ ਦਾ ਟੈਂਪਰੇਚਰ ਵਗੈਰਾ ਚੈੱਕ ਕਰਦੇ ਆ ਕਿ ਕਿਸੇ ਨੂੰ ਬੁਖਾਰ ਵਗੈਰਾ ਨਾ ਹੋਵੇ ਹੈ ਨਾ ਅਤੇ ਹਰੇਕ ਬੰਦੇ ਦਾ ਟੈਂਪਰੇਚਰ ਚੈੱਕ ਹੋਣਾ ਫਿਰ ਉਹਨਾਂ ਨੇ ਅੰਦਰ ਐਂਟਰ ਕਰਨਾ ਆਹ ਵੇਖੋ ਜਿਵੇਂ ਗ੍ਰਾਸੀਏ ਆਹ ਆ ਗਏ ਆਪਾਂ ਮਾਰਕੀਟ ਦੇ ਅੰਦਰ ਸਾਰਾ ਸਮਾਨ ਵਗੈਰਾ
ਫਲ ਵਗੈਰਾ ਵਾ ਮੱਛੀ ਮਾਰਕੀਟ ਇਹ ਲੱਗੀ ਆ ਮੱਛੀ ਸਾਰੇ ਇੱਧਰ रौला बहुत ज्यादा बहुता ज्यादा शोर होने करके आप कोई दस पुछ नहीं सकते। आगे मुर्गे वगैरह चिकन ये है फ्रूटा सब्जियां वगैरह हाँ जी दोस्तों आ है वा ड्राई फ्रूट वगैरह सारा ते आ पाया बादाम काजू पिस्ता बाकी खरोट वो चीज़ों के नाँ नहीं अपन पता वो तो आप देख सकते हैं। बादाम है अठ रुपये अठ एरो पिस्ता हैगा वा दस ग्यारह एरो काजू नौ एरो छुहारे आ खजूर बाकी तुम वेख सकते जी जो भी खाण पीण का समान ये आप थोड़ा समान वगैरह लै रहे खाण पीण वास्ते। हाँ जी दोस्तों ये अज की अपनी वीडियो ते ये गोल मार्केट इटली की जितों के हरेक चीज़ मिलती है सब्जियां वगैरह ड्राई फ्रूट चिकन सब कुछ इतने मिलता सी। अज का ब्लॉग तुहानू किवें लग्या कमेंट करके जरूर दस्यो ते तुहाडे वास्ते एक नवी होर वीडियो लैके हाजिर होवांगे जल्दी। तद तक लई अपना चैनल कर लो सबसक्राइब बैल आइकॉन का बटन दबा लो ताकि अपनी आने वाली हर एक वीडियो पहुँच सके सब तो पहला तुहाडे तक। धन्यवाद जी सारिआं दा।